जिथे वर्ल्ड विच छेवां योगा डे मनाया गया उत्थे ही नकोदर विच गुरु नानक नेशनल कॉलेज फॉर वुमेन ने योगा डे मना के सेहतमंद भारत रखन दा आदेश दिता। पेश है एक रिपोर्ट। ਨਕੋਦਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਗੋਬਿੰਦ ਰਾਏ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਪੰਜਵਾਂ ਇੰਟਰਨੈਸ਼ਨਲ ਯੋਗਾ ਦਿਵਸ 21 ਜੂਨ 2019 ਨੂੰ ਮਨਾਇਆ ਜਾ ਰਿਹਾ, ਪੂਰੀ ਦੁਨੀਆ ਦੇ ਉੱਤੇ ਮਨਾਇਆ ਜਾ ਰਿਹਾ, ਪੂਰੇ ਜ਼ੋਰ ਸ਼ੋਰ ਨਾਲ ਮਨਾਇਆ ਜਾ ਰਿਹਾ। ਅਤੇ ਇਸ ਵੇਲੇ ਅਸੀਂ ਖੜ੍ਹੇ ਹਾਂ ਗੁਰੂ ਨਾਨਕ ਨੈਸ਼ਨਲ ਕਾਲਜ ਫੋਰ ਵੁਮੈਨ ਦੇ ਵਿੱਚ, ਜਿੱਥੇ ਅੱਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਯੋਗਾ ਦਿਵਸ ਮਨਾਇਆ ਗਿਆ। ਔਰ ਸਵੇਰ ਦੇ 6 ਵਜੇ ਤੋਂ ਹੀ ਬੱਚੇ ਉਤਸ਼ਾਹਿਤ ਸੀ ਬਹੁਤ ਜ਼ਿਆਦਾ, ਔਰ ਜਿੰਨਾ ਵੀ ਸਟਾਫ ਆ, ਟੀਚਰਸ ਆ, ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਇਸ ਯੋਗ ਨੂੰ ਦਿਨ ਨੂੰ ਮਨਾਉਣ ਦਾ ਉਤਸ਼ਾਹ ਦੇਖਿਆ ਗਿਆ। ਅਤੇ ਅੱਜ ਸਾਡੇ ਨਾਲ ਨੇ ਪੂਰਾ ਸਟਾਫ ਹੈ ਗੁਰੂ ਨਾਨਕ ਨੈਸ਼ਨਲ ਕਾਲਜ ਫੋਰ ਗਰਲਜ਼ ਦਾ, ਆਓ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਅਤੇ ਸਾਡੇ ਨਾਲ ਸਭ ਤੋਂ ਪਹਿਲਾਂ ਨੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਮਧੂਬਾਲਾ ਜੀ। ਨਮਸਕਾਰ ਮੈਡਮ। ਨਮਸਕਾਰ। ਅੱਜ ਪੰਜਵਾਂ ਯੋਗਾ ਦਿਵਸ ਮਨਾਇਆ ਗਿਆ, ਕੀ ਕਹਿਣਾ ਚਾਹੁੰਦੇ? ਇਹ ਬੜੀ ਅੱਛੀ ਯੋਗਦਾਨ ਦਿੱਤਾ ਗਿਆ ਮੋਦੀ ਜੀ ਵੱਲੋਂ। ਮੋਦੀ ਜੀ ਨੇ ਸ਼ੁਰੂ ਕਰਵਾਇਆ ਸੀਗਾ, ਇਹਦੇ ਨਾਲ ਬੋਡੀ ਸਾਡੀ ਠੀਕ ਰਹਿੰਦੀ ਹੈ ਔਰ ਸਾਡੀਆਂ ਬ੍ਰੇਨਸ ਜਿਹੜੀਆਂ ਨਰਵਸ ਹੈ ਉਹ ਉਤਸ਼ਾਹਿਤ ਹੁੰਦੀਆਂ, ਇਹ ਆਤਮਾ ਔਰ ਪਰਮਾਤਮਾ ਦਾ ਮਿਲਨ ਕਰਵਾਉਂਦਾ। ਯੋਗਾ ਡੇ ਪੂਰੇ ਇੰਟਰਨੈਸ਼ਨਲ ਲੈਵਲ 'ਤੇ ਮਨਾਇਆ ਜਾ ਰਿਹਾ ਹੈ, ਪੂਰੀ ਦੁਨੀਆ 'ਤੇ ਮਨਾਇਆ ਜਾ ਰਿਹਾ। ਪਹਿਲਾਂ ਆਪਾਂ ਸਿਰਫ ਆਪਾਂ ਦੇਖਦੇ ਸੀ ਬਾਬਾ ਰਾਮਦੇਵ ਜੀ ਨੂੰ ਦੇਖਦੇ ਸੀਗੇ, ਟੀ ਵੀ ਵਿੱਚ ਦੇਖਦੇ ਸੀ ਕਿ ਉਹ ਯੋਗਾ ਕਰਵਾਉਂਦੇ ਆ, ਹਿੰਦੁਸਤਾਨ ਤੱਕ ਸੀਮਤ ਸੀ। ਨਰਿੰਦਰ ਭਾਈ ਮੋਦੀ ਦੇ ਆਉਣ ਤੋਂ ਬਾਅਦ ਇਹ ਇੰਟਰਨੈਸ਼ਨਲ ਲੈਵਲ ਤੱਕ ਚਲਾ ਗਿਆ, ਕੀ ਕਹਿਣਾ ਚਾਹੁੰਦੇ ਹੋ? ਇਹ ਤਾਂ ਸਾਰੇ ਅੰਤਰਰਾਸ਼ਟਰੀ ਵਿੱਚ ਵੀ ਹੋਣਾ ਚਾਹੀਦਾ, ਕਿਉਂਕਿ ਇਹਦੇ ਨਾਲ ਬੋਡੀ ਸਾਡੀ ਸਟੇਬਲ ਰਹਿੰਦੀ ਹੈ, ਨਰਵ ਸਾਡੀਆਂ ਜਿਹੜੀਆਂ ਉਤਸ਼ਾਹਿਤ ਹੁੰਦੀਆਂ ਰਹਿੰਦੀਆਂ ਔਰ ਲਚਕੀਲਾਪਨ ਸਾਡੇ ਵਿੱਚ ਆਉਂਦਾ। ਇਹ ਪ੍ਰਿੰਸੀਪਲ ਮੈਡਮ ਨੇ ਬਹੁਤ ਵਧੀਆ ਉਪਰਾਲਾ ਕੀਤਾ, ਪਰ ਇਕੱਲੇ ਪ੍ਰਿੰਸੀਪਲ ਮੈਡਮ ਨੇ ਹੀ ਨਹੀਂ, ਉਹਨਾਂ ਦਾ ਕਹਿਣਾ ਹੈ ਕਿ ਪੂਰੇ ਸਟਾਫ ਨੇ ਔਰ ਪੂਰੀ ਕਮੇਟੀ ਨੇ ਬਹੁਤ ਵਧੀਆ ਉਪਰਾਲਾ ਕਰਕੇ ਅੱਜ ਗੁਰੂ ਨਾਨਕ ਨੈਸ਼ਨਲ ਕਾਲਜ ਗਰਲਜ਼ ਵਿੰਗ ਵਿੱਚ ਇਹ ਯੋਗਾ ਦਿਵਸ ਮਨਾਇਆ ਆ, ਔਰ ਸਾਰੇ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਰਹੇ ਸੀ। ਔਰ ਯੋਗਾ ਦਿਵਸ ਤੋਂ ਬਾਅਦ ਪੂਰਾ ਯੋਗਾ ਐਕਸਰਸਾਈਜ਼ ਕਰਨ ਤੋਂ ਬਾਅਦ ਸਾਰਿਆਂ ਨੂੰ ਯੋਗਾ ਪ੍ਰਸ਼ਾਦ ਵੀ ਦਿੱਤਾ ਗਿਆ, ਜਿਹਦੇ ਵਿੱਚ ਪੂਰਾ ਬ੍ਰੇਕਫਾਸਟ, ਪੂਰਾ ਫਰੂਟੀ, ਕੇਲੇ ਸਾਰਾ ਕੁਝ ਸੀਗਾ। ਅਤੇ ਸਾਡੇ ਨਾਲ ਯੋਗਾ ਦੇ ਟੀਚਰ ਵੀ ਆਏ ਨੇ, ਜਿਹੜੇ ਜਿਨ੍ਹਾਂ ਨੇ ਯੋਗਾ ਦੀ ਅੱਜ ਐਕਸਰਸਾਈਜ਼ ਕਰਵਾਈ ਵੀ ਆ। ਇਹ ਹਾਂਜੀ ਮੈਡਮ, ਨਮਸਕਾਰ ਜੀ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ? ਨਮਸਕਾਰ ਜੀ, ਮੈਂ ਮਹਿਲਾ ਪਤੰਜਲੀ ਯੋਗ ਸਮਿਤੀ ਜਲੰਧਰ ਤੋਂ ਰਾਜ ਕਾਰਿਕਾਰੀ ਸਦੱਸਿਆ ਕਿਰਨ ਚੱਡਾ, ਇੱਥੇ ਯੋਗ ਕਰਵਾਉਣਾ ਆਏ ਹਾਂ ਜੀ। ਇਹ ਕਿੰਨਵਾਂ ਯੋਗ ਕੈਂਪ ਹੈਗਾ ਆ ਆਪਣੇ, ਜਦੋਂ ਦਾ ਮੋਦੀ ਸਾਹਿਬ ਨੇ ਸ਼ੁਰੂ ਕੀਤਾ? ਇਹ ਪੰਜਵਾਂ ਯੋਗ ਦਿਵਸ। ਯੋਗ ਦੀ ਮਹਾਨਤਾ ਦੱਸੋ ਜੀ, ਯੋਗ ਦਾ ਮਤਲਬ ਕੀ ਹੈ? ਯੋਗ ਦਾ ਮਤਲਬ ਹੈ ਜੁੜਨਾ ਆਪਸ ਵਿੱਚ, ਜੈਸੇ ਯੋਗ ਸਰੀਰ ਨੂੰ ਆਤਮਾ ਨਾਲ ਜੋੜਦਾ ਹੈ, ਆਤਮਾ ਪਰਮਾਤਮਾ ਨਾਲ ਮਤਲਬ ਆਪਸ ਵਿੱਚ ਜੋੜਦਾ ਹੈ। ਯੋਗ ਕਰਨ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ, ਇਸ ਲਈ ਮੈਂ ਤਾਂ ਕਹਾਂਗੀ ਹਰ ਇੱਕ ਆਦਮੀ ਨੂੰ ਯੋਗ ਜ਼ਰੂਰ ਕਰਨਾ ਚਾਹੀਦਾ। ਅਸੀਂ ਦੇਖੋ ਇੰਨਾ ਆਪਣੇ 24 ਘੰਟੇ ਸਰੀਰ ਤੋਂ ਕੰਮ ਲੈਣਾ ਹੁੰਦਾ, 1 ਘੰਟਾ ਆਪਣੇ ਸਰੀਰ ਨੂੰ ਜ਼ਰੂਰ ਦਿਓ ਸਵੇਰ। ਬਾਕੀ ਹੋਰ ਵੀ ਕਈ ਥਾਵਾਂ ਤੋਂ ਸਾਡੇ ਇੱਥੇ ਅੱਜ ਯੋਗ ਦਿਵਸ 'ਤੇ ਬਹੁਤ ਸਕੂਲਾਂ ਤੋਂ ਟੀਚਰਸ ਆਏ ਸੀ ਸਾਡੇ ਨਾਲ, ਹੈੱਡ ਮਾਸਟਰ ਸੁਖਵਿੰਦਰ ਕੌਰ ਮੈਡਮ ਵੀ, ਟਾਲੀ ਪਿੰਡ ਮਿਡਲ ਸਕੂਲ ਦੇ ਹੈੱਡ ਮਾਸਟਰ ਨੇ, ਉਹ ਵੀ ਸਾਡੇ ਨਾਲ ਨੇ, ਆਓ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਮੈਡਮ, ਕਿੱਦਾਂ ਲੱਗਿਆ ਜੀ ਯੋਗਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਦਰਸ਼ਕਾਂ ਨੂੰ, ਜਿੰਨੇ ਵੀ ਦੇਖ ਰਹੇ ਨੇ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਯੋਗਾ ਦਿਵਸ ਅੱਜ ਅਸੀਂ ਇੱਥੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿੱਚ ਮੈਨੇਜਮੈਂਟ ਕਮੇਟੀ ਔਰ ਸਟਾਫ ਮੈਂਬਰਸ ਔਰ ਪ੍ਰਿੰਸੀਪਲ ਜੀ ਦੀ ਅਗਵਾਈ ਦੇ ਹੇਠ ਇੱਥੇ ਮਨਾਇਆ ਆ। ਸਾਨੂੰ ਬਹੁਤ ਹੀ ਵਧੀਆ ਲੱਗਾ, ਗੈਦਰਿੰਗ ਵੀ ਕਾਫੀ ਸੀ ਔਰ ਯੋਗਾ ਟੀਚਰਸ ਜਿਹੜੇ ਪਤੰਜਲੀ ਯੋਗ ਪੀਠ ਤੋਂ ਇੱਥੇ ਆਏ ਨੇ, ਉਹਨਾਂ ਨੇ ਵੀ ਬਹੁਤ ਵਧੀਆ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਸਾਨੂੰ ਉਹਨਾਂ ਨੇ ਯੋਗਾ ਦੇ ਸਾਰੇ ਜਿਹੜੇ ਸੀਗੇ ਐਕਟੀਵਿਟੀਜ਼ ਉਹ ਕਰਵਾਈਆਂ ਆ, ਅਤੇ ਸਾਨੂੰ ਬਹੁਤ ਹੀ ਵਧੀਆ ਲੱਗਾ ਆ ਕਿ ਸਾਨੂੰ ਯੋਗਾ ਦੇ ਨਾਲ ਅਗਰ ਅਸੀਂ ਰੋਜ਼ ਯੋਗਾ ਕਰੀਏ ਤਾਂ ਅਸੀਂ ਫਿਜ਼ੀਕਲੀ ਫਿੱਟ ਰਹਾਂਗੇ, ਜਿਹਦੇ ਨਾਲ ਸਾਨੂੰ ਕੋਈ ਵੀ ਬਿਮਾਰੀ ਸਾਡੇ ਲਾਗੇ ਨਹੀਂ ਆ ਸਕਦੀ। ਅਸੀਂ ਡਾਕਟਰਾਂ ਦੇ ਕੋਲ ਜਾਂਦੇ ਹਾਂ, ਇੰਨਾ ਟਾਈਮ ਔਰ ਪੈਸਾ ਬਰਬਾਦ ਕਰਦੇ ਹਾਂ, ਜੇ ਅਸੀਂ 10 ਮਿੰਟ ਜਾਂ 15 ਮਿੰਟ ਸਵੇਰੇ ਅਰਲੀ ਮੋਰਨਿੰਗ ਯੋਗਾ ਦੇ ਲਈ ਕੱਢ ਲਈਏ, ਜੇ ਥੋੜ੍ਹੀਆਂ ਐਕਟੀਵਿਟੀਜ਼ ਕਰ ਲਈਏ ਤਾਂ
ਮਤਲਬ ਕਿ ਇੱਦਾਂ ਨਹੀਂ ਹੋ ਸਕਦਾ ਕਿ ਕੋਈ ਬਿਮਾਰੀ ਸਾਨੂੰ ਆ ਕੇ ਛੂ ਵੀ ਜਾਵੇ ਅਤੇ ਅਸੀਂ ਫਿਜ਼ੀਕਲੀ ਫਿੱਟ ਹੀ ਰਹਾਂਗੇ ਜੀ ਅਸੀਂ ਪੂਰੀ ਲਾਈਫ ਆਪਣੇ ਯੋਗਾ ਨੂੰ ਅਪਣਾਵਾਂਗੇ। ਮੈਡਮ ਆਪਣੇ ਇੱਥੇ ਬੰਦੋਬਸਤ ਅਰੇਂਜਮੈਂਟ ਕਰਨ ਵਿੱਚ ਕੋਈ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ ਸਰ, ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਕਿਉਂਕਿ ਕਾਲਜ ਪ੍ਰਬੰਧਕ ਕਮੇਟੀ ਔਰ ਪ੍ਰਿੰਸੀਪਲ ਸਾਹਿਬਾਨ ਦੇ ਸਹਿਯੋਗ ਦੇ ਨਾਲ ਅਸੀਂ ਸਾਰਾ ਕੁਛ ਇਹ ਕੀਤਾ ਔਰ ਬਾਕੀ ਸਾਡੇ ਕਾਲਜ ਦੇ ਵਿੱਚ ਕਾਲਜ ਕੈਂਪਸ ਦੇ ਵਿੱਚ ਜਿਹੜੇ ਯੂਨਿਟ ਚੱਲ ਰਹੇ ਨੇ ਚਾਰੋ ਯੂਨਿਟ, ਉਹਨਾਂ ਦੇ ਨਾਲ ਅਸੀਂ ਸਹਿਯੋਗ ਨਾਲ ਕੀਤਾ। ਔਰ ਯੋਗ ਬਾਰੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਸਾਨੂੰ ਤਿੰਨ ਸੱਸੇ ਸੰਭਾਲਣ ਦੀ ਬੜੀ ਜ਼ਰੂਰਤ ਹੈ। ਉਹਦੇ 'ਚੋਂ ਪਹਿਲਾਂ ਹੈ ਸਿਹਤ, ਸਿਹਤ ਨੂੰ ਸੰਭਾਲਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਅਗਲੇ ਸੱਸੇ ਜਿਹੜੇ ਦੋਨੋਂ ਨੇ ਉਹ ਇਹਦੇ 'ਤੇ ਨਿਰਭਰ ਨੇ। ਸਿਹਤ ਸਾਡੀ ਜੇ ਠੀਕ ਹੈ ਤਾਂ ਅਸੀਂ ਸਿੱਖਿਆ ਨੂੰ ਸੰਭਾਲ ਸਕਾਂਗੇ। ਜੇ ਅਸੀਂ ਸਿੱਖਿਆ ਨੂੰ ਸੰਭਾਲਦੇ ਹਾਂ